ਨਾ ਕਿੱਥੇ ਬੁਰਾਕ ਤੇ ਬਹਿਣੇ ਵਾਲਾ, ਕਿੱਥੇ ਬੁਰਾਕ ਤੇ ਬਹਿਣੇ ਵਾਲਾ, ਜਰਾ ਵੇਖਿਓ ਗੱਲ, ਬੁਰਾਕ ਤੇ ਬਹਿਣੇ ਵਾਲਾ। ਇੱਥੇ ਮੈਂ ਬੁਰਾਕ ਦੇ ਦੋ ਚਾਰ ਸ਼ੇਰ ਯਾਦ ਆਏ, ਬੁਰਾਕ ਦੇ ਸ਼ੇਰ ਕਿ ਬੁਰਾਕ ਤੇ ਜਾਣੇ ਵਾਲਾ ਤੇ ਉਸਦੇ ਇਸਤਕਬਾਲ ਕਰਨੇ ਵਾਲੀਆਂ ਕਿਹੜੀਆਂ ਸ਼ਖਸੀਅਤਾਂ ਤੇ ਕਿਹੜੀ ਜ਼ਵਾਤ ਤੇ ਖੋਤਾ ਖੋਤਾ ਉਸ ਉੱਤੇ ਇਹ ਉਮੀਦ ਕਿ ਸਰਕਾਰੇ ਸਾਹਿਬ ਬੁਰਾਕ ਤਸ਼ਰੀਫ ਰੱਖਣ। ਪਰ ਉਸ ਅਰਜ਼ ਕੀਤੀ, ਯਾ ਰਸੂਲਲਾ, ਮੈਂ ਤਵੱਕੋ ਕਰਨਾ ਕਿ ਤੁਸੀਂ ਬੈਸੋ ਤੇ ਤੁਸਾਂ ਨਾਲ ਤਾਂ ਉਹ ਮਕਾਮ ਹੈ ਕਿ ਤੁਸੀਂ ਜਿਸ ਵੇਲੇ ਬੁਰਾਕ ਤੇ ਬਹਿ ਕੇ ਉੱਤੇ ਜਾ ਰਹੇ ਹੋ, ਉੱਤੇ ਜਾ ਰਹੇ ਹੋ ਤੇ ਅੱਗੇ ਫਰਿਸ਼ਤਿਆਂ ਤੇ ਕੀਤਾ ਹੀ ਕੀਤਾ ਇਸਤਕਬਾਲ, ਨਬੀਆਂ ਤੇ ਕੀਤਾ ਹੀ ਕੀਤਾ। ਉਹ ਕਮਲੀ ਵਾਲੇ, ਤੇਰੀ ਉਹ ਸ਼ਾਨ ਹੈ ਕਿ ਕੁਰਾਨ ਇੰਜ ਲੱਥਾ ਤੇਰੇ ਤੇ ਤੇਰੇ ਇਸਤਕਬਾਲ ਵਾਸਤੇ ਫਿਰ ਸੂਰਤਾਂ ਉੱਤੇ ਚਲੀਆਂ ਗਈਆਂ। ਸਮਝ ਆਈ? ਸੂਰਤਾਂ ਫਿਰ ਉੱਤੇ ਗਈਆਂ, ਕੁਰਾਨ ਵਾਲਾ ਜੀ ਉੱਤੇ ਆ ਰਿਹਾ, ਕੁਰਾਨ ਵਾਲਾ ਉੱਤੇ ਆ ਰਿਹਾ, ਅਸੀਂ ਤਾਂ ਲੈ ਕੇ ਕਰਾਂ। ਉੱਤੇ ਗਈਆਂ ਸੂਰਤਾਂ ਤੇ ਇਸਤਕਬਾਲ ਕੇ ਕੀਤਾ ਕਿ ਵੱਲ ਫਜਰ ਚਾਂਦਨੀ ਕਾ ਹੈ ਫਜਰ ਚਾਂਦਨੀ ਕਾ ਹੈ ਆ ਚੱਲੀਏ ਹੂਏ ਔਰ ਵੱਲ ਬਹਿਰੇ ਚਸ਼ਮ ਹੈ ਤਾ ਜੱਲੀਏ ਹੂਏ ਵੱਲ ਵੱਲੈਲ। ਇਹ ਜਿਹੜੇ ਬੇਸੌਕੇ ਬੈਠੇ ਹੋ ਨਾ, ਇਹ ਦੁਨੀਆਦਾਰ, ਤੁਸੀਂ ਵੀ ਅੱਲੋ ਅੱਲੇ ਨਾਲ, ਅੱਗੇ ਦਰਵਾਜ਼ਾ ਖੁੱਲਵੇ ਸੀ ਨੇ। ਹਾਂ, ਵੱਲੈਲ ਬਹਿਰੇ ਜੈਸ਼ਮ ਹੈ ਵੱਲੈ। ਸਾਰੀਆਂ ਸੂਰਤਾਂ ਨੇ ਨਾਂ ਨੇ, ਮੈਂ ਆਖਾਂ ਨਾ ਇਸਤਕਬਾਲ ਕਰਨ ਗਈਆਂ ਹੈ ਜੀ। ਔਰ ਵੱਲ ਫਜਰ, ਸੂਰੇ ਵੱਲ ਫਜਰ, ਵੱਲ ਫਜਰ ਚਾਂਦਨੀ ਕਾ ਹੈ ਆ ਚੱਲੀਏ ਹੂਏ ਔਰ ਵੱਲੈ ਡਾਲੀ ਦੇ ਕੋ ਹੈ ਫੱਲੀਏ ਹੂਏ ਔਰ ਵਾ ਸ਼ਮਸ ਆਗੇ ਆਗੇ ਹੈ ਮਿਸ਼ਾਲੀਏ ਹੂਏ ਵਾ ਸ਼ਮਸ ਮਿਸ਼ਾਲੀਏ ਹੂਏ ਵੱਲ ਫਤਿਹ ਖੁਸ਼ ਹੈ ਦੇਖ ਕੇ ਹੁਸਨੇ ਸ਼ਬਾਬ ਕੋ ਵੱਲ ਫਤਿਹ ਖੁਸ਼ ਹੈ
उसने शबाब को और वला दिया तो थामे हुए है रकाब को वला दिया तो थामे हुए है रकाब को। इस खानदान कमली वाला शबे अथरा गया।